ਉਹ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗਿਓਂ ਫਿਰ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ 36,548 ਹੋ ਗਏ ਜੀ ਹੁਣ ਤੱਕ ਸਰਕਾਰੀ ਨੌਕਰੀਆਂ ਜਿਹਨਾਂ ਨੂੰ ਅਸੀਂ ਵੰਡ ਚੁੱਕੇ ਹਾਂ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਕੁਰਸੀਆਂ 'ਤੇ ਬੈਠੇ ਨੇ ਹੋ ਸਕਦਾ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਹੋ ਸਕਦਾ ਤੁਹਾਡਾ ਕੋਈ ਪਿੰਡ ਦਾ ਬੰਦਾ ਹੋਵੇ ਪਰ ਹਾਂ ਇਹ ਨਹੀਂ ਹੋ ਸਕਦਾ ਕੋਈ ਕਿ ਕਿਸੇ ਰਿਸ਼ਤੇਦਾਰ ਨੂੰ ਕਹਿ ਕੇ ਸਿਫਾਰਿਸ਼ ਲਾ ਕੇ ਜਾਂ ਪੈਸੇ ਦੇ ਕੇ ਕੋਈ ਬੰਦਾ ਕਿਸੇ ਹੋਰ ਦਾ ਨੰਬਰ ਕੱਟ ਕੇ ਆਪ ਲੱਗ ਗਿਆ ਹੋਵੇ ਇਹ ਨਹੀਂ ਹੋ ਸਕਦਾ ਉਹ ਤੁਹਾਨੂੰ ਪਤਾ ਹੀ ਹੈ ਕਿਵੇਂ ਇਹਨਾਂ ਨੇ ਪਿਛਲੇ 20 ਸਾਲਾਂ ਤੋਂ 25 ਸਾਲਾਂ ਤੋਂ ਪੰਜਾਬ ਨਾਲ ਕੀਤਾ ਕੀ ਕੀਤਾ ਸਾਰਾ ਤੁਹਾਨੂੰ ਪਤਾ ਸ਼ਾਨਦਾਰ ਸਕੂਲ ਖੁੱਲ੍ਹਣ ਲੱਗ ਗਏ ਸ਼ਾਨਦਾਰ ਹਸਪਤਾਲ ਬਣਨ ਲੱਗ ਗਏ ਔਰ ਨੌਕਰੀਆਂ ਮਿਲਣ ਲੱਗ ਗਈਆਂ ਉਹੀ ਅਫਸਰ ਨੇ ਉਹੀ ਪੈਨ ਨੇ ਉਹੀ ਫਾਈਲਾਂ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਅਤੇ ਹੁਣ ਕਿਵੇਂ ਬਦਲ ਗਿਆ ਵੀ ਡੇਢ ਸਾਲ 'ਚ ਹੁਣ ਡੇਢ ਸਾਲ 'ਚ ਹੀ ਬਿਜਲੀ ਵੀ ਆਮ ਹੋ ਗਈ ਡੇਢ ਸਾਲ 'ਚ ਹੀ ਬਿਜਲੀ ਦੇ ਬਿੱਲ ਵੀ ਮਾਫ਼ ਹੋ ਗਏ 90% ਘਰਾਂ ਦੇ ਅਤੇ ਡੇਢ ਸਾਲ 'ਚ ਹੀ ਨੌਕਰੀਆਂ ਵੀ ਮਿਲ ਗਈਆਂ ਅਤੇ ਡੇਢ ਸਾਲ 'ਚ ਹੀ ਸਕੂਲ ਬਣਨ ਲੱਗ ਗਏ ਕਿਉਂਕਿ ਨੀਅਤ ਨਹੀਂ ਸੀ ਪਹਿਲਾਂ 3.75 ਕਰੋੜ ਮੈਂਬਰਾਂ ਦੇ ਪਰਿਵਾਰ ਦਾ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਤਾਂ ਮੈਂ ਯਕੀਨ ਦਵਾਉਣਾ ਇਸ ਪਰਿਵਾਰ 'ਚ ਨਾ ਕੋਈ ਭੁੱਖਾ ਰਹੂਗਾ ਇਸ ਪਰਿਵਾਰ 'ਚ ਨਾ ਕਿਸੇ ਨਾਲ ਧੱਕਾ ਹੋਊਗਾ ਇਸ ਪਰਿਵਾਰ ਦੇ ਵਿੱਚ ਨਾ ਕਿਸੇ ਦਾ ਹੱਕ ਮਾਰਿਆ ਜਾਊਗਾ ਯਕੀਨ ਰੱਖਿਓ ਇਸੇ ਪਰਿਵਾਰ ਨੂੰ ਆਪਾਂ ਹੱਸਦਾ ਖੇਡਦਾ ਪਰਿਵਾਰ ਬਣਾਉਣਾ ਪੰਜਾਬ ਆਪਣਾ ਪਰਿਵਾਰ ਹੈ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲੇ ਕਿਸਾਨ ਨੂੰ ਡਾਲਾ ਖੋਲ੍ਹੇ ਮੰਡੀ 'ਚ ਜਿਉਂ ਡਾਲਾ ਡਿੱਗਦਾ ਡਾਲਾ ਖੋਲ੍ਹਣ ਨਾਲ ਜਿਵੇਂ ਜਿਵੇਂ ਝੋਨਾ ਜਾਂ ਕਣਕ ਡਿੱਗਦੀ ਹੈ ਉੱਧਰ ਉਹਦੇ ਖਾਤੇ 'ਚ ਉਸੇ ਤਰੀਕੇ ਨਾਲ ਪੈਸੇ ਡਿੱਗਣੇ ਚਾਹੀਦੇ ਆਹ ਜਿਹੜੇ ਪਾਣੀ ਦੇ ਰਾਖੇ ਕਹਿੰਦੇ ਮਹਿਲਾਂ ਵਾਲੇ ਚਾਂਦੀ ਦੀ ਕਹੀ ਲਈ ਖੜਾ ਸੀ ਇਹ ਆ ਜਾਓ ਕਹਿੰਦਾ ਲਾਓ ਟੱਕ ਜੀ ਬਾਅਦ 'ਚ ਕਹਿੰਦੇ ਅਸੀਂ ਪਾਣੀ ਦੇ ਰਖਵਾਲੇ ਹਾਂ ਯਾਰ ਇੰਨੇ ਕਮਲੇ ਬਣਾਈ ਜਾਂਦੇ ਸਾਨੂੰ ਯਾਰ ਤੁਸੀਂ ਪਰਮਾਤਮਾ ਜੋ ਲੋਕਾਂ ਨੇ ਉਮੀਦ ਲਾਈ ਹੈ ਉਸ ਉਮੀਦ 'ਤੇ ਪੂਰਾ ਉਤਰਨ ਵਾਸਤੇ ਬਲ ਬਖਸ਼ੀ ਸਮੱਤ ਬਖਸ਼ੀ ਕੋਈ ਗਲਤ ਫਾਈਲ ਨਾ ਸਾਈਨ ਹੋ ਜਾਏ ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹਾ ਬੁੱਝਦਾ ਹੋਵੇ ਇਹੋ ਜਿਹੀਆਂ ਫਾਈਲਾਂ 'ਤੇ ਸਾਈਨ ਕਰਵਾਈ ਜਿਹਦੇ ਨਾਲ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਆਉਣ ਚਿਰਾਗ ਜਗਣ ਢੋਲ ਵੱਜਣ ਖੁਸ਼ੀਆਂ ਮਨਾਉਣ ਲੋਕ ਇਸੇ ਮੰਤਵ 'ਤੇ ਚੱਲ ਰਹੇ ਹਾਂ ਹਰ ਰੋਜ਼ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋਵੋਗੇ ਨਿਯੁਕਤੀ ਪੱਤਰ ਦੇ ਰਹੇ ਹਾਂ ਮੁੰਡੇ ਕੁੜੀਆਂ ਨੂੰ ਕੰਮ 36,548 ਹੋ ਗਏ ਜੀ ਹੁਣ ਤੱਕ ਸਰਕਾਰੀ ਨੌਕਰੀਆਂ ਜਿਹਨਾਂ ਨੂੰ ਅਸੀਂ ਵੰਡ ਚੁੱਕੇ ਹਾਂ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਕੁਰਸੀਆਂ 'ਤੇ ਬੈਠੇ ਨੇ ਹੋ ਸਕਦਾ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਹੋ ਸਕਦਾ ਤੁਹਾਡਾ ਕੋਈ ਪਿੰਡ ਦਾ ਬੰਦਾ ਹੋਵੇ ਪਰ ਹਾਂ ਇਹ ਨਹੀਂ ਹੋ ਸਕਦਾ ਕੋਈ ਕਿ ਕਿਸੇ ਰਿਸ਼ਤੇਦਾਰ ਨੂੰ ਕਹਿ ਕੇ ਸਿਫਾਰਿਸ਼ ਲਾ ਕੇ ਜਾਂ ਪੈਸੇ ਦੇ ਕੇ ਕੋਈ ਬੰਦਾ ਕਿਸੇ ਹੋਰ ਦਾ ਨੰਬਰ ਕੱਟ ਕੇ ਆਪ ਲੱਗ ਗਿਆ ਹੋਵੇ ਇਹ ਨਹੀਂ ਹੋ ਸਕਦਾ ਸੋ ਇਸ ਕਰਕੇ ਕਿਉਂਕਿ ਪਾਰਦਰਸ਼ਤਾ ਜਿਹੜਾ ਪੜੂਗਾ ਆ ਜਾਓ ਮੈਰਿਟ ਦੇ ਆਧਾਰ 'ਤੇ ਆਓ ਵੈਲਕਮ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਦੇਖੋ ਕਿੱਡੀ ਵੱਡੀ ਸੋਚ ਸੀ ਉਹਨਾਂ ਦੀ ਆਪਣੇ ਦੇਸ਼ ਦੇ ਨਾਗਰਿਕਾਂ ਪ੍ਰਤੀ ਜਦੋਂ ਪਹਿਲੀ ਵਾਰ ਚੰਦਰ ਸ਼ੇਖਰ ਆਜ਼ਾਦ ਜੀ ਨੂੰ ਮਿਲੇ ਉੱਥੇ ਬੁਕਟੇਸ਼ਵਰ ਦੱਤ ਅਤੇ ਹੋਰ ਦੂਜੇ ਕ੍ਰਾਂਤੀਕਾਰੀ ਸੀ ਕਾਨਪੁਰ ਦੀ ਗੱਲ ਹੈ ਪਹਿਲੀ ਵਾਰ ਗਏ ਲਾਹੌਰ ਦੇ ਪ੍ਰੋਫੈਸਰ ਦੀ ਚਿੱਠੀ ਲੈ ਕੇ ਗਏ ਕਿ ਮੁੰਡੇ 'ਚ ਜਨੂਨ ਹੈ ਜਜ਼ਬਾ ਹੈ 17-17.5 ਸਾਲ ਦੀ ਉਮਰ ਸੀ ਤਾਂ ਉਹਨਾਂ ਨੇ
काफी कुछ पूछया तो बहुत प्रभावित होए। कहिंदा जी इनकलाब दे विच हिस्सा लेना है, ठीक है। अगले दिन ड्यूटी लग गई भगत सिंह होरां दी, कोई बड़ा सेठ सी उहदे घरे, क्योंकि पार्टी नूं पैसे चाहिए सी ते उह सेठ दा खजाना लुटना सी। सारे गए, भगत सिंह जी नूं पिस्तौल देता, पिस्तौल देख के तां बहुत खुश होया, पर जदों पता लग्गिया वी आपां इक सेठ लुटना हैगा तां भारती नागरिक ही है पर है बहुत अमीर है। वह बाहर सौंदा हवेली दे मंजा डाह के, खजाना अंदर पिया ते भगत सिंह होरां दी ड्यूटी वह सेठ दे मंजे दे नेड़े लग गई। नाल एक मुंडा होर सी कि तुसी दोनों ने उस सेठ दे पुड़पड़ी ते पिस्तौल ला के रखना, बाकी काम असी करांगे। गए ड्यूटी लग गई, पर भगत सिंह जाते जाते सोचता है भगत सिंह इनकलाबी बन आया सी, डाकू बन चलिया यार, ये की हो जाता है। पर क्योंकि एक दिन पहले तो आया सी, कुछ कह भी नहीं सकता सी, तां भगत सिंह होरां दे हाथ कंबन लग गए। वह तो पुड़पड़ी ते जदों पिस्तौल रखिया, नाल दे मुंडे ने देख लिया, अंदरों खजाना लुट के जदों वापस जाण लगे तो मुंडे ने दसता, वो कहिंदा जी कल रात जिहड़ा बहुत वड्डियां वड्डियां गल्लां करदा सी, अज जदों ड्यूटी लाई हुई सी इहदे हाथ कंबदे सी इदां। चंद्रशेखर आजाद जी ने पूछा, हाँ भी भगत सिंह हाथ कंबदे सी? कहिंदा हाँ जी पंडित जी हाथ कंबदे सी। ते फिर किधर गई तेरी बहादुरी रात जिहड़ी दसदा सी तू? भगत सिंह होरां ने इह जी गल कही कि चंद्रशेखर आजाद होरां ने सारिआं ने फैसला ही बदलना पै गया। वो कहिंदा प्रधान जी चंद्रशेखर आजाद जी, मैथों अपणिआं ते बंदूक नहीं तानी जांदी, गोरे भावें जिन्ने कहोगे मरवा लो मैथों, पर मैथों आपदिआं ते बंदूक नहीं तानी जांदी। हैगा तां भारती हुई सी ना, आपां तां डाकू बन चले हां। उस तों बाद उन्होंने फैसला कर लिया किसे भारती दे घरे कोई खजाना नहीं लुटना, अंग्रेजां दीआं खजाने लैके जाण वालीआं ट्रेनां लुटण लग गए फिर अंग्रेजां दी। एड्डी वड्डी सोच के आ एक एक दिन च उन्होंने पार्टी का फैसला बदल के रखा। उस तो बाद भगत सिंह होरां ते विश्वास हो गया, फिर तो खास बन गए। सो मेरे को बहुत किस्से इस तरह के पे ने जिदे नाल आपां तां सोचिआ यार आपां तां उन्हां तों डबल डबल तो भी वध जिंदगी जी बैठे हाँ, आपां तां कुछ करिए बई। असी उस दिन ही 16 मार्च में ही फैसला किया, इतों ही सब तो पहली फाइल साइन की सी कि सरकारी दफ्तरां दे विच मुख्यमंत्री की फोटो नहीं लगेगी, सरकारी दफ्तरां दे विच बाबा साहब अंबेदकर ते शहीद भगत सिंह की फोटो लगेगी। एक ने देश आजाद कराया, दूजे ने आजाद देश का संविधान बनाया, इन्हां दी फोटो लाओ यार। सो यह अज मैं इत्थे कोई निंदा चुगली नहीं करनी किसी की, मैं वो थोनू पता ही है कि मैं इन्हां ने पिछले 20 सालों तो 25 सालों तो पंजाब नाल कीता की कीता सारा थोनू पता। अज तो आने वाले समय दीआं गल्लां करिए, शानदार स्कूल खुलण लग गए, शानदार हस्पताल बन लग गए, और नौकरियां मिलन लग गई। ओही अफसर ने, ओही पेन ने, ओही फाइलां ने, ओही खंबे ने, ओही तारा ने, ओही ट्रांसफार्मर ने, ओही जैम्पर ने, ते हुण किवें बदल गया भी 1.5 साल ची? हुण 1.5 साल ची बिजली भी आम होगी, 1.5 साल ची बिजली दे बिल भी माफ हो गए 90% घरां दे, ते 1.5 साल ची नौकरियां भी मिल गई, ते 1.5 साल ची स्कूल बन लग गए, क्योंकि नीयत नहीं सी पहला। साड़ी नीयत सच्ची है, इस गल ते यकीन रखियो कि असी नीयत दे खोटे नहीं हैगे। असी कोई पैसे कमाउण जां कोई सियासत नूं कोई धंधा बनाउण नहीं आए। पैसे कमाने होंदे मैं तां कलाकार सी, मैनूं की लोड़ सी इन्हां नाल मत्था लाउण दी, पर
मैं ही सोचा, मैं क्या जे उस वे भगत सिंह और ही सोच लेंगे भी आपा की लेना है, जिथे दुनिया सह ले जाती असं भी लेने। पर उन्होंने लैना सी, उन्होंने मुल्क लैना सी। वीरो जे किसी फसल दे विच सुंडी लग जाए ना, नरमे नू झोने नू कोई सुंडी लग जाए, बाहरों रौला पा के जा रोड़े मार के सुंडी नहीं हटती। इहदे वास्ते स्परे की ढोली मोढ़ियां ते धर के विच वड़ना पैंदा है। सो मैं तां ऐसे धरती तो ही 26 मार्च 2011 नू इत्थों ही मैं तां कह के गया सी कि भगत सिंह जी कोशिश करांगे कि थोड़ा बहुत तुहाडे कदमां ते चलीए। सो इन्ना बूस्ट मिलता मैनू, इन्ना जनून मिलता उन्हां दी फोटो देख के कि उम्र की सी और परिवार कोई आम परिवार नहीं सी। करतार सिंह सराभा बड़े बड़े घर के मुंडे सी जी, कोई मजबूरी नूं नहीं गए सी, जनून करके गए सी। सो उन्हां नूं आपां याद रख्या करिए, सिलेबस दे विच ओह चीज़ां लैके आवांगे जिन्हां सानूं पता लगे कि किवें साडे गुरुआं ने सरबंस बारे कित्थे कित्थे लड़ाइयां लड़ियां, कित्थे कित्थे उहदी बाबा नानक जी किरत दा ते सच दा होका दिंदे लंघदे गए उदासियां ते। साडे कोल तां एड्डा वड्डा खजाना पिया साडे गुरुआं दा, शहीदां दा, पीरां दा, फकीरां दा, शायरां दा। मैं तां कई वारी ओह जिहड़े फैक्ट्रियां वाले उद्योगपति आउंदे आ उन्हां नूं मैं गल कहना हुन्ना, होर बाकी चीज़ दी बाद करांगे गल। पहली गल यह है, इन्नी बरकत वाली धरती है पंजाब की, जिन्हें इत्थे फैक्ट्री ला ली उन्हूं घाटा नहीं पैंदा, जिन्हें इत्थे कोई काम शुरू कर लिया उन्हूं घाटा नहीं पैण दिंदी है धरती। क्योंकि असीं तां दूजिआं दीआं सेवा करन वाले आ, लोकां दीआं हक्कां पिछे उन्हां नूं हक दिवाउण वास्ते सीस लहाए होए ने जी। सीरिया 'च लड़ाई हो जाए, सुडान 'च लड़ाई हो जाए, तुर्की च भचाल आ जाए, इंटरनेशनल संस्थावां आउण ना आउण, साडा लंगर जरूर चल पैंदा जी उत्थे 20 रुपईआं वाला। ओ 20 रुपईआं वाला लंगर, एक बारी बाबा जी ने 20 रुपईआं दा लंगर शुरू किया, वह 20 रुपईए नहीं मुकदे जी। ये तो वड्डी दुनिया ते कोई FD है नहीं जी कि मुक ही नहीं रहे जी, क्योंकि उस 20 रुपईआं दा जिहड़ा मालिक है ना वह परमात्मा है। जिहड़ी डोर नहीं टुटनी। सो साडे कोले विरसा पिया, तो असी मैं नौजवानों नूं दोष नहीं दूंगा इस गल च कि वह क्यों बाहर जा रहे हैं, क्योंकि सिस्टम ने तंग करते इन्ने कि छड़िए यार तो इतों चलीए यार। पर धरती हैगी उही है, थोड़ा जा सिस्टम बदलन की लोड़ सी। हुण तुसीं इस पंजाब दे परिवार का तुसीं खुद उहदे मैंबर हो, 3.75 करोड़ मैंबरां दे परिवार का तुसीं मैनूं लाणेदार चुणिया, तो मैं यकीन दवाना इस परिवार च ना कोई भुखा रहूगा, इस परिवार च ना किसी नाल धक्का होगा, इस परिवार दे विच ना किसी का हक मारिया जाऊगा। यकीन रखियो इसे परिवार को आपां हसदा खेडदा परिवार बनाउणा है। पंजाब अपना परिवार है, छड के नहीं जाना, बल्कि जिहड़े परिवार के मैंबर रुस के चले गए उन्हां नूं मोड़ के भी लेके आवांगे। कई बार मुंडा जज्बाती होकर रुस के भूआ को चला जाता है, भूआ फिर 3-4 दिन बाद आप ही छड़ आ जाते, आ जा पुत्र कोई नहीं ठीक हो जू, कोई गल नहीं। रुसे शिकवे शिकायत परिवार से चल दिया रहिंदिया ने, परिवार चलता रहा है। आप इस धरती नंबर वन बनाना, नंबर वन खेती च भी, व्यापार च भी, नौकरी च भी, सरकार च भी, ईमानदारी च भी, मजदूर नूं उहदी मजदूरी पसीना सुकण तो पहलां मिले, किसान नूं डाला खोले मंडी च, ज्यों डाला डिगदा है डाला खोलण नाल जिवें जिवें झोना जां कणक डिगदी है उधर उहदे खाते च उसे तरीके नाल पैसे डिगणे चाहीदे। कोई इत्थे इंतजार नहीं होना चाहीदा भी इन्ने दिन हो गए नो, और असीं तुहानूं करके दिखावांगे। पहली बार होया कि असी इन्हों कहा केंद्र सरकार ने कि साडा झोना आने वाला है, साडा 42,000 करोड़ तो उपर थोड़ा CCL का बनता है, कैश क्रैडिट लिमिट कहें
ਜਿਹੜਾ ਕਿਸਾਨਾਂ ਨੂੰ ਪੈਸਾ ਦੇਣਾ ਹੁੰਦਾ ਫਸਲ ਦਾ, ਸਾਨੂੰ ਦਿਓ। ਪਹਿਲੀ ਵਾਰ ਹੋਇਆ, ਨਹੀਂ ਤਾਂ ਮਹੀਨਾ ਮਹੀਨਾ ਬਾਅਦ 'ਚ ਹੀ ਕਰ ਦਿੰਦੇ ਆ। 37,000 ਕਰੋੜ ਤੋਂ ਉੱਪਰ ਸਾਡੇ ਕੋਲ ਆ ਗਿਆ, ਤੁਹਾਡੀ ਪਹਿਲੀ ਟਰਾਲੀ ਆਊਗੀ ਨਾਲ ਹੀ ਉਸੇ ਦਿਨ ਜਦੋਂ ਘਰੇ ਪਹੁੰਚੋਗੇ ਪੈਸੇ ਆਉਣਗੇ ਉਹਦੇ 'ਚ। ਸੋ ਜੇ ਕਰਾਉਣੇ ਆ ਕੰਮ ਤਾਂ ਇੱਦਾਂ, ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਭਾਈ ਸਾਡੇ ਤੋਂ ਲੈਂਦੇ ਹੋ ਚੌਲ ਅਤੇ ਤੁਹਾਡੇ ਚੌਲਾਂ ਕਰਕੇ ਅਸੀਂ ਤਾਂ ਉਹਦੀ ਧਰਤੀ ਵੀ ਖਰਾਬ ਕਰ ਲਈ। 600-600 ਫੁੱਟ 'ਤੇ ਪਾਣੀ ਚਲਾ ਗਿਆ ਸਾਡਾ, 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ, 3800 ਅਤੇ ਚੌਲ ਆਪਣੀ ਖੁਰਾਕ ਨਹੀਂ ਹੈਗੇ। ਆਪਾਂ ਤਾਂ 10ਵੀਂ ਵਾਲੇ ਦਿਨ ਖੀਰ ਬਣਾਉਂਦੇ ਹਾਂ 10 ਮਹੀਨੇ ਬਾਅਦ। ਅਸੀਂ ਕਿਹਾ ਵੀ ਲੈਂਦੇ ਹੋ ਸਾਥੋਂ ਤਾਂ ਘੱਟੋ ਘੱਟ ਉਹਦੇ ਪੈਸੇ ਤਾਂ ਦਿਓ। ਮੰਨ ਗਏ, ਜੇ ਉਹਨਾਂ ਨਾਲ ਨਾ ਤਰਕ ਨਾਲ ਗੱਲ ਕਰੋ, ਬੰਦੇ ਨੂੰ ਮਨਾਉਣਾ ਹੋਣਾ ਪਹਿਲੀ ਗੱਲ ਤਾਂ ਉਹਦੇ ਵਾਸਤੇ ਇੱਕ ਜ਼ਰੂਰੀ ਹੈ ਕਿ ਬੰਦਾ ਜਿਹੜਾ ਮਨਾਉਣ ਗਿਆ ਪੰਜਾਬ ਵੱਲੋਂ ਵਕੀਲ ਬਣ ਕੇ, ਉਹ ਪੰਜਾਬ ਨੂੰ ਪਿਆਰ ਕਰਦਾ ਹੋਣਾ ਚਾਹੀਦਾ, ਤਾਂ ਕੰਮ ਹੋਊਗਾ ਨਹੀਂ ਹੋਣਾ ਨਹੀਂ। ਉਹਨਾਂ ਨੇ ਬਹੁਤ ਲਾਉਂਦੇ ਆ ਬਹਾਨੇ ਜੇ ਇੱਧਰ ਉੱਧਰ ਦੇ। ਕੋਲੇ ਦੀ ਗੱਲ ਦੱਸ ਦਿੰਦਾ, ਆਪਾਂ ਨੂੰ ਆਉਂਦਾ ਪਹਿਲਾਂ ਤਾਂ ਚਲੋ 2015 ਤੋਂ ਬੰਦ ਪਈ ਸੀ ਆਪਣੀ ਕੋਲੇ ਦੀ ਖਾਣ ਝਾਰਖੰਡ 'ਚ ਪਛਵਾੜਾ ਇੱਕ ਇਲਾਕਾ, ਉੱਥੇ ਆਪਣੀ ਕੋਲੇ ਦੀ ਖਾਣ ਬੰਦ ਪਈ ਸੀ, ਆਪਾਂ ਚਲਾ ਲਈ। ਹੁਣ ਆਪਣੇ ਕੋਲ ਕੋਲਾ ਆਮ ਹੈ, ਇਸ ਮਾਮਲੇ 'ਚ ਕੋਈ ਪ੍ਰੋਬਲਮ ਨਹੀਂ। ਇੱਕ ਆਪਾਂ ਕੋਲਾ ਲੈਂਦੇ ਸੀ ਉੜੀਸਾ 'ਚ, ਉੜੀਸਾ ਦੀ ਇੱਕ ਖਾਣ 'ਚੋਂ ਕੋਲਾ ਲੈਂਦੇ ਸੀ, ਚੱਕ ਕੇ ਚਿੱਠੀ ਕੱਢਤੀ ਸੈਂਟਰ ਨੇ ਕਿ ਜੀ ਇਹ ਕੋਲਾ ਸਿੱਧਾ ਰੇਲ ਗੱਡੀ 'ਚ ਲੱਦ ਕੇ ਪੰਜਾਬ ਨਹੀਂ ਜਾਊਗਾ, ਇਹ ਕੋਲੇ ਨੂੰ ਪਹਿਲਾਂ ਇੱਥੋਂ ਲੱਦ ਕੇ ਟਰੱਕਾਂ 'ਚ ਤੁਸੀਂ ਪੁਰੀ ਦੀ ਬੰਦਰਗਾਹ 'ਤੇ ਲੈ ਕੇ ਜਾਓਗੇ, ਬੰਦਰਗਾਹ 'ਚੋਂ ਉਹਨੂੰ ਸ਼ਿਪ ਦੇ ਵਿੱਚ ਸਮੁੰਦਰੀ ਜਹਾਜ਼ 'ਚ ਲੱਦੋਗੇ, ਫਿਰ ਜਾਓਗੇ ਸਮੁੰਦਰ ਵਿੱਚ ਦੀ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਗੁਜਰਾਤ ਵਾਲੇ ਪਾਸੇ ਆ ਕੇ ਜਿਹੜਾ ਪੋਰਟ ਹੈ ਕਾਂਡਲੇ ਵਾਲਾ ਉੱਥੇ ਲਾਹੋਗੇ, ਉੱਥੋਂ ਬਾਅਦ ਫਿਰ ਟਰੱਕਾਂ 'ਚ ਭਰ ਕੇ ਉਹਨੂੰ ਟ੍ਰੇਨ 'ਚ ਲੱਦੋਗੇ, ਫਿਰ ਪੰਜਾਬ ਲੈ ਜਿਓ। ਅੱਛਾ ਜੀ, ਮੈਂ ਕਿਹਾ ਸਾਡੇ ਅਫਸਰਾਂ ਨੂੰ ਨਾਲ ਲਿਆ, ਕੋਲਾ ਮੰਤਰੀ ਤੋਂ ਟਾਈਮ ਲਿਆ। ਮੈਂ ਕੋਲਾ ਮੰਤਰੀ ਕੋਲ ਜਾ ਕੇ ਕਿਹਾ ਜੀ ਮੈਂ ਇਸ ਤੋਂ ਪਹਿਲਾਂ, ਕਹਿੰਦੇ ਦੱਸੋ ਜੀ ਮਾਨ ਸਾਹਿਬ, ਮੈਂ ਕਿਹਾ ਜੀ ਇਸ ਤੋਂ ਪਹਿਲਾਂ ਕਿ ਮੈਂ ਗੱਲ ਦੱਸਾਂ, ਮੈਂ ਸਿਰਫ ਇਹ ਗੱਲ ਦੱਸ ਦਿਉ, ਜੇ ਤੁਸੀਂ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਤੁਸੀਂ ਵਾਇਆ ਸ਼੍ਰੀਲੰਕਾ ਆਉਂਦੇ ਹੋ? ਕਹਿੰਦੇ ਨਹੀਂ। ਮੈਂ ਕਿਹਾ ਜੀ ਚਿੱਠੀ ਪੜ੍ਹ ਲਓ, ਤੁਸੀਂ ਕੋਲਾ ਸਾਨੂੰ ਕਹਿੰਦੇ ਹੋ ਵਾਇਆ ਸ਼੍ਰੀਲੰਕਾ ਲੈ ਕੇ ਆਓ, 1.5 ਰੁਪਇਆ 1 ਯੂਨਿਟ ਦਾ ਸਾਨੂੰ ਮਹਿੰਗਾ ਪਊਗਾ ਇਹ ਬਿਜਲੀ, ਇਹ ਤੁਸੀਂ ਕਿਹੜਾ ਤੁਸੀਂ ਕਾਨੂੰਨ ਕਰਤਾ ਬਈ? ਕਹਿੰਦੇ ਅੱਛਾ ਹਾਂ ਜੀ। ਮੈਂ ਕਿਹਾ ਫਿਰ ਐਂ ਦੱਸੋ ਜੀ ਮੈਨੂੰ, ਇਹ ਕੋਲੇ ਦਾ ਅਸੀਂ ਕੀ ਕਰਦੇ ਹਾਂ? ਇਹ ਕੋਲੇ ਨਾਲ ਅਸੀਂ ਬਿਜਲੀ ਬਣਾਉਂਦੇ ਹਾਂ। ਬਿਜਲੀ ਦਾ ਕੀ ਕਰਦੇ ਹਾਂ? ਬਿਜਲੀ ਨਾਲ ਅਸੀਂ ਚੌਲ ਪੈਦਾ ਕਰਦੇ ਹਾਂ, ਕਣਕ ਪੈਦਾ ਕਰਦੇ ਹਾਂ, ਜਿਹੜੇ ਸਾਰੇ ਦੇਸ਼ ਨੂੰ ਦਿੰਦੇ ਹਾਂ ਅਸੀਂ ਉਹ। ਕਹਿੰਦੇ ਹਾਂ ਬਿਲਕੁਲ ਸਹੀ। ਮੈਂ ਕਿਹਾ ਫਿਰ ਐਂ ਕਰਿਓ, ਹੁਣ ਜਦੋਂ ਅਗਲੀ ਵਾਰ ਝੋਨਾ ਆ ਗਿਆ FCI ਨੂੰ ਕਹਿ ਦਿਓ ਅਸੀਂ ਵੀ ਫਿਰ ਇੱਥੋਂ ਲੱਦ ਕੇ ਮਾਲ ਗੱਡੀਆਂ ਸਿੱਧੀਆਂ ਇੱਧਰ ਨਹੀਂ ਭੇਜਣੀਆਂ, ਤੁਸੀਂ ਵੀ ਫਿਰ ਸਾਡਾ ਝੋਨਾ ਜਿਹੜਾ ਵਾਇਆ ਕਰਾਚੀ ਲੈ ਕੇ ਜਾਇਆ ਕਰੋਗੇ ਉੱਧਰ ਦੀ ਉੱਤਰ ਦੀ ਆਓ। ਉਹ ਮੈਨੂੰ ਕਹਿੰਦਾ ਯਾਰ ਥੱਲੇ ਪੱਤਰਕਾਰਾਂ ਨੂੰ ਮੈਂ ਦੱਸਦੀ ਇਹ ਹੁਣੀ ਕੈਂਸਲ ਕਰ ਦਿੰਦੇ। ਮੈਂ ਕਰ ਦਿਓ ਜੀ, ਮੈਂ ਕੋਈ ਦੱਸੂੰਗਾ ਫਿਰ ਕੈਂਸਲ ਕਰ ਦਿੰਦੇ। ਸੋ ਉਹਨਾਂ ਕੋਲ ਤਰਕ ਦੇਈਏ ਤਾਂ ਉਹ ਮੰਨਦੇ ਆ, ਅਤੇ ਤਰਕ ਤਾਂ ਦਿਓਗੇ ਜੇ ਸੱਚੇ ਹੋਵੋਗੇ। ਜੇ ਤੁਸੀਂ ਆਪਦੇ ਹਿੱਸੇ ਰੱਖੇ ਹੋਏ ਨੇ ਫਿਰ ਕਿਵੇਂ ਤੁਸੀਂ ਤਰਕ ਦੇ ਦਿਓਗੇ? ਕਿਸੇ ਗੱਲੋਂ ਕਾਣੇ ਹੋਣਗੇ ਤਾਂ ਫਿਰ ਕਿਵੇਂ ਤੁਸੀਂ ਰੱਖ ਲਓਗੇ ਉਹ ਮਾਮਲਾ? ਉਹ ਕਹਿਣਗੇ ਭਾਈ ਆ ਤੇਰਾ ਵੀ ਪਿਆ ਸਾਡੇ ਕੋਲ ਕਮਿਸ਼ਨ, ਇਹਦਾ ਕੀ ਕਰਨਾ? ਉਹ ਕਹਿੰਦਾ ਚੰਗਾ ਜੀ ਫਿਰ ਠੀਕ ਹੈ ਜੀ, ਪਹਿਲਾਂ ਐਂ ਹੁੰਦਾ ਰਿਹਾ ਆਪਣੇ ਨਾਲ, ਐਂ ਧੱਕੇ ਹੁੰਦੇ ਰਹੇ। ਸੋ ਕਿਸੇ ਮਾਮਲੇ 'ਚ ਵੀ ਪੰਜਾਬ ਆਪਣੇ ਹੱਕ ਜਿਹੜੇ ਹੈ ਉਹ ਛੱਡੂਗਾ ਨਹੀਂ। ਜਿੱਥੇ ਪੰਜਾਬ ਦੇ ਮਾਮਲੇ 'ਚ ਬੋਲਣਾ ਪੈਂਦਾ ਖੜੇ ਹਾਂ। ਹੁਣੀ 3 ਦਿਨ ਪਹਿਲਾਂ ਉੱਥੇ ਅੰਮ੍ਰਿਤਸਰ ਸਾਹਿਬ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ, ਪਾਣੀ ਦੀ ਗੱਲ ਚੱਲੀ, ਪਾਣੀ ਹਰਿਆਣਾ ਕਹਿੰਦਾ ਸਾਨੂੰ ਦਿਓ, ਰਾਜਸਥਾਨ ਕਹਿੰਦੇ ਸਾਨੂੰ ਦਿਓ, ਹਿਮਾਚਲ ਵਾਲੇ ਕਹਿੰਦੇ ਸਾਡਾ ਹਿੱਸਾ ਬਣਦਾ ਨੰਗਲ 'ਚ। ਹਿਮਾਚਲ ਨੂੰ ਤਾਂ ਮੈਂ ਕਿਹਾ ਜੁਲਾਈ 'ਚ ਤੁਸੀਂ ਆਪਦਾ ਹਿੱਸਾ ਰੋਕਿਆ ਕਿਉਂ ਨਹੀਂ? ਫਿਰ ਤਾਂ ਹੀ ਨੰਬਰ 2 ਇੱਥੇ ਆ ਗਿਆ। ਅਸੀਂ ਰਾਜਸਥਾਨ ਨੂੰ ਕਿਹਾ ਤੁਹਾਡਾ 1,000 ਕਿਊਸਿਕ ਬਣਦਾ, ਤੁਹਾਨੂੰ ਛੱਡਣ ਲੱਗੇ ਹਾਂ। ਕਹਿੰਦੇ ਨਾ ਨਾ ਨਾ, ਸਾਨੂੰ ਤਾਂ 2,000 ਹੀ ਨਾਲ ਹੀ ਸਰ ਜੂ ਸਾਡਾ। ਅਸੀਂ ਕਿਹਾ ਲਿਖ ਕੇ ਦਿਓ, ਲਿਖ ਕੇ ਲੈ ਲਿਆ ਜੀ ਉਹਨਾਂ ਤੋਂ। ਹਰਿਆਣੇ ਵਾਲੇ ਨੂੰ ਕਿਹਾ ਵੀ ਤੁਹਾਡਾ ਇੰਨਾ ਬਣਦਾ ਛੱਡਣ ਲੱਗੇ ਹਾਂ। ਕਹਿੰਦੇ ਨਾ 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 ਨਾ, 3,000 ਨਾਲ ਸਰ ਜਾਣਾ ਸਾਡਾ। ਉਹਨਾਂ ਤੋਂ ਵੀ ਲਿਖ ਕੇ ਲੈ ਲਿਆ। ਅਤੇ ਪਰਸੋਂ ਮੈਂ ਅਮਿਤ ਸ਼ਾਹ ਜੀ
गृह मंत्री दे मूहरे दोनों चिट्ठियां करती हैं। मैं क्या जनाब ये कहें साढ़ा इन्ने कितना सर्द है, ये कहें इन्ने कितना सर्द है, जो सानू पानी चाहिए होंगे उदो मीटर ला के बह जाने कि इन्ने इन्ना क्यों नहीं देंगे, इन्ने लीटर घट है। मैं क्या असी डुबण रखे हुए हैं, साढ़े दुखों च भी तो हिस्सा पाओ, असी डुबण रखे हुए हैं। फिर वो फिर वो कहते नहीं नहीं पानी के मामले में बाद में करेंगे। मैं हाँ वधिया रहूँगे जो बाद में करूँगे, नहीं मैं सारा कुछ दस देना इतने सारा कुछ। आ साढ़े स्यापे पाए, स्यापे की ने पाए हुए ने आ दोनों ने, ये तो पहला ने एक ने एस वाई एल की अनुमति दी कि यदा एसटीमेट ला लिया जाए कितों कितों की निकलनी है सर्वे, वो बदले 2 करोड़ रुपया उस वे खजाने पाया गया। पर गुड़गांव दे विच प्लाट भी ले ले जिथे हुण होटल है, ये रिकॉर्ड ते है गल, ये रिकॉर्ड ते गल है कि देवी लाल ने कहा जिहड़ा काम वो नहीं करा सके मैं अपने दोस्त तो करवा लिया। दोस्त का मतलब प्रकाश सिंह बादल सी, उन्होंने मतलब एक ने इजाजत देती दूजे ने बनवाती। कपूरी पिंड है देवीगढ़ को पंजाब दे है, इंदिरा गांधी प्रधानमंत्री से वह आई टक लाना सी एस वाई एल का, आ जड़े पानी दे राखे कहिंदे महिला वाले चांदी की कही लई खड़ा सी, आ जाओ कहिंदा लाओ टक जी, बाद च कहिंदे सी पानी दे रखवाले आ। यार इन्ने कमले बनाई जाने सानू यार, तुसी हुण नहीं चलदियां ये गल्लां, हुण सब कुछ आ गया बाहर। सो पंजाब दे हक्कां दी राखी लई जिथे खड़ना पिया खड़ांगे, जिथे लड़ना पे लड़ांगे, पर पंजाब दा कोई हक ऐसा नहीं असी छड्डना जिहड़ा चंगा जी चलो छड्डो जी आपां ने की लेना जी, इहदे नाल ओह नाराज हो जाऊ आह नाराज हो जाऊ, इह कीड़ी गल है जी। सरकारां सहूलतां देण वास्ते बणदियां, सरकारां अपने सूबे की माण इज्जत सन्मान कायम रखण वास्ते बणदियां ने, इह किसी नाल समझौते करन वास्ते थोड़ी बणदियां ने। कोई नहीं तू फिर मैनू ऐ कर दी, मैं तैनू ऐ कर दूँ, आही चलिया पहला काम हुण नहीं चलूगा। भगत सिंह दी रूह नूं कदे तक शांति मिले कि हाँ थोड़ा जिहा अज माण महसूस हो रहा कि जिहड़ा कुरबानी दित्ती सी उहदा थोड़ा बहुत मुल पै रहा, लोग याद कर रहे ने। लोग जन्मदिन ते आउंदे आ, 23 मार्च नूं शहीदी दिवस ते आउंदे आ, इकट्ठे हुंदे आ, लोग शहीदां दी आत्मा नूं शांति मिले। उस तो बाद भी असीं कीता है, हुण आ परिवार आ गए, इदू पहले इन्हों परिवारों को कितने कोई पुछता नहीं, उत्थे उधर नहीं पढ़ देंगे, मेहनत करते रहते जी उन्होंने परिवार चो जी ना जी ना जी ना, वो तो प्रोटोकॉल है जी।